ट्रैक्टर तो बंदे का देसर है, ट्रैक्टर भी खड़ा, वो गड्डी भी खड़ी है, पतंदर है पता। वो तेरी दी ओए आ थले की कर रहा है, कितने होर ही नहीं चन्न चढ़ गया। ओ वीरे, ओ वीरे, होर की हाल ने? ओ वीरे ठीक है पतंदरा, मेरा तो साज तो चढ़ा था इतने। और किवें हो, ठीक ठाक हो? ना की चक्कर थले का तू लेटा है? ये तो पता नहीं जो केड़ा अज मत्थे लगा तड़की। हाँ मेरा समा दी तीन चार गोहे दे कराया मिस हो गया। हाँ दो तीन पट्टिया दे हो गए। अच्छा और ओदे करके बहुत स्यापा पिया होया थी। हाँ पता नहीं केड़ा थोड़ा खड़ गया इतने। मैं तो ऐं देखता थी भी थल्यों कितों स्टार्ट हों, दिता थी उन्होंने नाल। मैं कहा पता नहीं ये थले लगता होगा कितने, मैं लभ नहीं रहा भी कितने लगता है। अच्छा होर ए पिछे नाले इन्ना कलेस पिया। हाँ मेरे भैं चो ये करके तो 5 लाख रुपया लाया थी मैं। अच्छा भी ए पिछे देंदे नहीं ते नाल, हुण देती हुण मैनू पता नहीं लग रहा भी कित्थे लावा इहनू मैं। ठीक है वीरे मैनू ऐ लग्या मैं किते भी थले आ गया। ना ना थले हाँ। नहीं आपां इहदे थले की आपां परवाह करांगे, छोटा जिहा अपना निगा जिहा ट्रैक्टर है ना वीरे। ऊं जिवें उहदे ट्रक लंघ गया ती। हाँ मैनू कख वी नहीं ते होया, मैं उठ के बग गया, लोक वेखण कहिंदे इह कौण है यार। ਆਪਾਂ ਨੂੰ ਨੀ ਕੁਛ ਹੁੰਦਾ ਹੈਗਾ ਨਾ, ਆਪਣਾ ਨੂੰ ਕੁਛ ਹੋਵੇ ਇਹਦੇ ਨਾਲ ਕੀ ਹੋਊਗਾ ਆਪਾਂ ਨੂੰ। ਠੀਕ ਹੈ ਹੋਰ ਮੇਰਾ ਤਾਂ ਇੰਨਾ ਕੰਮ ਸਿਰ ਤੇ ਚੜਿਆ ਪਿਆ, ਮੋਬਾਈਲ ਮੇਰਾ ਉੱਥੇ ਰਹਿ ਗਿਆ ਉੱਥੇ ਵੱਜੀ ਜਾਂਦਾ। ਮੈਂ ਤੁਹਾਨੂੰ ਪਤਾ ਯਾਰਾਂ ਦੋਸਤਾਂ ਲਈ ਵੀ ਰੱਖਦਾ ਚੀਜ਼ਾਂ ਆਪਣੀਆਂ ਨਾ ਵੀਰੇ। ਊਂ ਪਤਾ ਮੈਂ ਵੀ ਤੈਨੂੰ ਉਦੇ ਵੀ ਕਿਹਾ ਸੀ ਵੀ ਐਂ ਲੱਗਦਾ ਜਿਵੇਂ ਮਹਿੰਗਾ, ਜਿਵੇਂ ਹੁਣ ਇਹ ਖਰਾਬ ਹੋ ਗਿਆ। ਦੱਸ ਮੈਨੂੰ ਤਾਂ ਇੰਨਾ ਤੂੰ 5 ਲੱਖ ਦਾ ਕਹਿਣਾ? ਨਾ ਖਰਾਬ ਨਹੀਂ ਹੋਇਆ, ਮੈਂ ਯਾਰ ਦੋਸਤ ਨੂੰ ਫੋਨ ਕਰਿਆ ਸੀ, ਕਹਿੰਦੇ ਊਂ ਕਈ ਵਾਰੀ ਕਹਿੰਦੇ ਰਾਜ ਸਾਹਿਬ ਵੀ ਰੈਸਟ ਲੈਣ ਦਾ ਮੈਂ ਇੱਥੇ ਸਿਸਟਮ ਲਾਇਆ ਕੋਈ। ਊਂ ਥੱਲੇ ਵੜ ਕੇ ਕਰ ਕੀ ਰਿਹਾ? ਮੈਂ ਤੈਨੂੰ ਕਿਹਾ ਸੀ ਦੇਖਦਾ ਸੀ ਇਹਦੇ ਉਹ ਕੈਮਰਾ ਜਿਹਾ ਲੱਗਿਆ ਕੋਈ। ਅੱਛਾ ਉਹਦੇ ਮੂਹਰੇ ਕਰਨਾ ਪੈਂਦਾ ਜਿਵੇਂ ਬੰਦ ਹੋ ਜਾਏ, ਇਹ ਪੁਰਜੇ ਲੱਗੇ ਨੇ ਸਿਸਟਮ ਕੋਈ। ਅੱਛਾ ਉਹ ਕਹਿੰਦੇ ਵੀ ਰੈਸਟ ਇਹਦੇ ਮੰਗਦਾ ਕਈ ਵਾਰੀ ਜੇ ਜ਼ਿਆਦਾ। ਮੈਂ ਤੁਹਾਨੂੰ ਪਤਾ ਆਪਣਾ ਕਿਰਾਇਆ ਫੁੱਲ ਚੱਲ ਰਿਹਾ ਕੰਮ, ਠੀਕ ਹੈ ਟਾਈਮ ਹੈ ਨਹੀਂ, ਠੀਕ ਹੈ ਮੈਨੂੰ ਇਹਦਾ ਪਤਾ ਨਹੀਂ ਤੇ ਆਪਾਂ ਕਿਹੜਾ ਉਹਨਾਂ ਨੂੰ ਐ ਤੀ ਇਹ ਤਾਂ ਊਂ ਖੜਾਊਗਾ। ਅੱਛਾ ਆਪਾਂ ਭੈਣ ਚੋਂ ਦਿਨ ਰਾਤ ਚੱਲ ਰਿਹਾ ਕੰਮ ਤੁਹਾਡੀ ਦੀ। ਹੋਰ ਠੀਕ ਉਹ ਇਹ ਕਹਿੰਦੇ ਵੀ ਇਹਦੇ 'ਚ ਸਿਸਟਮ, ਮੈਂ ਦੋਸਤ ਨੂੰ ਫੋਨ ਕਰਿਆ ਸੀ। ਹਾਂ ਉਹ ਕਹਿੰਦਾ ਵੀ ਇਹਦੇ 'ਚ ਇੱਕ ਸਿਸਟਮ ਲੱਗਿਆ, ਕਹਿੰਦਾ ਤੂੰ ਟੈਨਸ਼ਨ ਨਾ ਲੈ, ਕਹਿੰਦਾ ਕੋਈ ਅੱਛਾ ਉਹ ਵੀ ਲੱਭਦਾ ਸੀ ਕਿੱਥੇ ਲੱਗਾ ਹੈ। ਆ ਉਹਦੇ ਮੂਹਰੇ ਕਰਨਾ ਪੈਂਦਾ ਇਹ ਤਾਂ ਹੀ ਦਿੱਤਾ ਸੀ, ਉਹਦੇ ਮੂਹਰੇ ਕਰ ਦੂੰਗਾ। ਉਦੋਂ ਮੁੜ ਕੇ ਇੱਧਰੋਂ ਆ ਕੇ ਮੈਂ ਸਟਾਰਟ ਕਰੂੰ, ਇੱਧਰੋਂ ਨਾਲ ਦੇ ਨਾਲ ਸਟਾਰਟ ਹੋ ਜੂਏ। ਉਹੀ ਮੈਨੂੰ ਉਹ ਨਹੀਂ ਲੱਭ ਰਿਹਾ ਹਜੇ। ਅੱਛਾ ਅੱਛਾ ਹਾਂ ਮੈਂ ਇੱਧਰ ਨੂੰ ਕਰਕੇ ਟੇਢਾ ਖੜਾਤਾ ਸੀ, ਮੈਂ ਕਿਹਾ ਦੇਖਦੇ ਹਾਂ ਵੀ ਇਹਦੇ ਥੱਲੇ ਵੜ ਕੇ ਦੇਖਦੇ ਹਾਂ ਲੱਭਦੇ ਹਾਂ ਕਿੱਥੇ ਲੱਗਦਾ। ਨਹੀਂ ਵੀਰ ਮੈਨੂੰ ਤਾਂ ਐਂ ਸੀ ਵੀ ਜਿਵੇਂ ਨਾ ਵੀ ਤੂੰ ਥੱਲੇ ਆ ਗਿਆ ਵੀ ਚੱਲ ਸ਼ੂਗਰ ਆਏ ਤਾਂ। ਅੱਛਾ ਬੈਟਰੀ ਨਹੀਂ ਆ, ਮੈਂ ਤਾਂ ਕਹਿੰਦਾ ਵੀਰੇ ਤੂੰ ਕਹਿੰਦਾ ਪੁਰਜਾ ਦਿੱਤਾ, ਮੈਨੂੰ ਲੱਗਦਾ ਹੈਂਡਲ ਆ ਇਹ। ਨਾ ਨਾ ਇਹ ਤਾਂ ਉਹਦਾ ਉਹ ਏ ਉਹਦੇ ਵਿੱਚ ਕੈਮਰੇ 'ਚ ਲੱਗਦਾ ਕਿਤੇ। ਅੱਛਾ ਹਾਂ ਤੇ ਉਹ ਬਾਈ ਹੁਣੀ ਜਿਹੜੇ ਉਹ ਗੱਡੀ ਖੜੀ ਉਹ ਬਾਈ ਹੁਣੀ ਬੈਠੇ ਨੇ ਦੋ ਤੁਹਾਡੇ ਖੇਤ, ਉਹ ਕੌਣ ਨੇ? ਦੋਸਤ ਨੇ, ਤੁਹਾਨੂੰ ਪਤਾ ਆਪਣੇ ਦੋਸਤ ਵਧੀਆ ਦੋਸਤੀਆਂ ਨੇ। ਅੱਛਾ ਫੁੱਲ ਪਾਰਟੀਆਂ ਚੱਲਦੀਆਂ ਨੇ। ਅੱਛਾ ਖਾਣ ਪੀਣ ਲਈ ਆ ਜਾਂਦੇ ਨੇ ਆਪਣੇ ਲਈ, ਉਹਨਾਂ ਨੂੰ ਪਤਾ ਵੀ ਪੈਸਾ ਕਮਾ ਰਿਹਾ ਐਸ ਕਰੀਏ ਵੀਰੇ, ਐਸ ਕਰਨੇ ਆਪਾਂ ਵੀਰੇ। ਦੁਨੀਆ ਉਵੇਂ ਹੀ ਭੁੱਖੀ ਆ ਖਾ ਜਾਂਦੀ ਹੈ, ਤੇਰੀ ਜ਼ਮੀਨ ਜਾਇਦਾਦ ਸਾਰੀ ਤੈਨੂੰ ਪਹਿਲੀ ਨਹੀਂ ਪਤੰਦਰਾ ਤਿਰ ਲਵੇ ਕੁਛ ਫਿਰ। ਹਾਂ ਨਾ ਪੈਸਾ ਆਪਣੇ ਲਈ ਵਾਧੂ, ਯਾਰਾਂ ਦੋਸਤਾਂ ਕਰਕੇ ਤਾਂ ਮੈਂ ਇੰਨਾ ਕਾਰੋਬਾਰ ਦੋਸਤਾਂ। ਠੀਕ ਹੈ ਊਂ ਅੱਜ ਤੂੰ ਵੀਰੇ ਖੁਸ਼ ਜਿਹਾ ਲੱਗ ਰਿਹਾ ਵੀ ਕੀ ਚੱਕਰ ਕੀ ਹੈ? ਥੋੜ੍ਹਾ ਖੁਸ਼ ਤਾਂ ਤੁਹਾਨੂੰ ਪਤਾ ਫਿਰ ਯਾਰ ਦੋਸਤ ਆਏ ਹੋਏ ਨੇ, ਪੈਸਾ ਇੰਨਾ ਹੀ ਬਣੀ ਜਾਂਦਾ। ਬਾਕੀ ਉਧਰੋਂ ਫੋਨ ਆ ਗਿਆ ਤੁਸੀਂ ਘਰ ਵਾਲੀ ਦਾ? ਹੋਰ ਅੱਛਾ ਲੈ ਸ਼ੁਕਰ ਹੈ ਯਾਰ ਦਾ। ਅੱਛਾ ਸਹੇਲੀ ਦਾ? ਸਹੇਲੀ ਦਾ ਆਇਆ ਤੀ। ਅੱਛਾ ਉਹੀ ਕਰਦੀ ਹੁੰਦੀ ਫੋਨ ਵੀ, ਉਹ ਤਾਂ ਕਹਿੰਦੇ ਵੀ ਮੂਡ ਖਰਾਬ ਹੀ ਰਹਿੰਦਾ ਵੀ, ਉਹ ਵਿਚਾਰੀ ਰੋਂਦੀ ਰਹਿੰਦੀ ਵੀ ਦਿਲ ਨਹੀਂ ਕਰਦਾ ਗੱਲ ਕਰਨ ਨੂੰ। ਅੱਛਾ ਟੈਨਸ਼ਨ ਲਈ ਜਾਂਦੀ ਵੀ ਉੱਥੇ ਵੀ ਮੈਂ ਉਧਰੋਂ ਤੁਹਾਨੂੰ ਪਤਾ ਦੱਸਿਆ ਹੀ ਹੈ ਪਹਿਲਾਂ ਵੀ ਪੈਸਾ ਪੂਸਾ ਇੱਥੋਂ ਮੈਂ ਕਮਾ ਕਮਾ ਕੇ ਘੱਲਦਾ ਵਾਂ ਵੀ ਉਹ ਵਿਚਾਰੀ ਉੱਥੇ ਲੋੜ ਲੈਂਦੀ ਤੀ ਵੀ ਕਹਿੰਦੀ ਵੀ ਵਿਚਾਰਾ ਉੱਥੇ ਮਰਦਾ ਹੈ। ਠੀਕ ਹੈ ਤੁਹਾਨੂੰ ਪਤਾ ਮੈਂ ਸਹੇਲੀ ਨੂੰ ਦੱਸ ਦਿੰਦਾ ਹੁੰਦਾ, ਬਾਕੀ ਹੋਰ ਵੀ ਦੱਸ ਦਿੰਦੇ ਹੋਣਗੇ ਜਾਂ ਕੋਈ ਹੋਰ ਵੀ ਇੰਨੀ ਮਿਹਨਤ ਕਰਦਾ ਇੱਥੇ ਆਪਣੇ ਯਾਰ ਦੋਸਤ ਧੰਦੇ ਨੇ ਵੀ ਵਿਚਾਰਾ ਉਹ ਮਰਦਾ ਪਿਆ, ਉਹ ਫਿਰ ਲੋੜ 'ਚ ਰਹਿੰਦੀ ਕਹਿੰਦੀ ਵੀ ਉਹ ਤਾਂ ਨਹੀਂ ਗੱਲ ਕਰਦੀ। ਵੀਰੇ ਤੈਨੂੰ ਰਾਤ ਨੂੰ ਨੀਂਦ ਆਉਂਦੀ ਹੈ? ਆਪਾਂ ਨੀਂਦ ਮੇਰੇ ਕੰਮ ਦੀ ਲੋੜ ਵਧਿਆ ਪਿਆ। ਅੱਛਾ ਮੈਂ ਤਾਂ ਸਮਝ ਲਿਆ ਵੀ ਮੈਨੂੰ ਲੱਗਦਾ ਮਹੀਨਾ ਹੋ ਗਿਆ ਹੋਣਾ ਸੁੱਤਾ ਹੀ ਨਹੀਂ ਮੈਂ ਤਾਂ। ਫਿਰ ਵੀਰੇ ਤੁਹਾਨੂੰ ਟਰੈਕਟਰ ਲਿਆਉਂਦਾ ਉਦੋਂ ਮੁੜ ਕੇ ਕੰਮ ਹੀ ਕੰਮ ਵੱਧ ਗਿਆ ਆਪਣਾ, ਆਪਣਾ ਸਾਲਾ ਸੁੱਤੇ ਨਹੀਂ ਜਾਂਦਾ। ਤੈਨੂੰ ਵੀਰੇ ਸੌਂ ਰਾਤ ਨੂੰ ਇੱਥੇ ਬਾਜਰਾ ਵੱਢੀ ਜਾਂਦਾ ਉਹਨਾਂ ਖੇਤਾਂ 'ਚ ਤੜਕੇ ਗੋਹੇ ਦਾ ਕਿਰਾਇਆ ਕਰਕੇ ਫਿਰ ਸਾਰੀ ਦਿਹਾੜੀ ਚੱਕੀ ਜਾਂਦਾ। ਨਹੀਂ ਵੀਰੇ ਫਿਰ ਥਕਾਵਟ ਵੀ ਹੈ ਜੇ ਜ਼ਿਆਦਾ, ਕਹਿੰਦੇ ਬੰਦਾ ਸੌਵੇ ਨਾ ਨਾ ਬਿਮਾਰੀ ਲੱਗ ਜਾਂਦੀ ਹੈ ਕਹਿੰਦੇ। ਨਾ ਨਾ ਆਪਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਦੇਖ, ਮਹੀਨਾ ਹੋ ਗਿਆ ਸੁੱਤੇ ਨੂੰ ਵੀ, ਆਪਾਂ ਵੇਲਾ ਆਣ ਫਿਰਦਿਆਂ ਭੱਜੇ। ਤੇ ਭਾਈ ਮੁੜਿਆ ਨਹੀਂ ਗਿਆ ਛੋਟਾ ਜਿਹੜਾ ਕਹਿੰਦਾ ਵੀ ਉਹ ਲਵ ਮੈਰਿਜ ਕਰਾ ਲਈ ਜਿਹਨੇ? ਉਹ ਤਾਂ ਆਜੂਗਾ, ਉਹ ਆਜੂਗਾ ਕੋਈ ਟੈਨਸ਼ਨ ਨਹੀਂ। ਉਹ ਕਹਿੰਦਾ ਵੀ ਮੈਂ ਸੈੱਟ ਕਰਕੇ ਆਊਗਾ, ਪੈਸਾ ਪੂਸਾ ਕਢਾ ਰਿਹਾ ਉਹ ਕਿਤੋਂ। ਅੱਛਾ ਉਹਨਾਂ ਦਾ ਪੈਸਾ ਪੂਸਾ ਤੁਹਾਨੂੰ ਦੱਸਿਆ ਤਕੜੇ ਨੇ ਉਹ ਬਹੁਤ। ਅੱਛਾ ਅੱਛਾ ਵੀ ਸੌ ਰਿਹਾ ਪੈਸਾ ਪੂਸਾ, ਕਹਿੰਦਾ ਮੈਂ ਲੈ ਕੇ ਫੇਰ ਆਊਂ ਕਹਿੰਦਾ ਵੀਰ। ਅੱਛਾ ਚੰਗਾ ਹੱਥ ਮਾਰੋਗੇ। ਹਾਂ ਠੀਕ ਹੈ ਤਾਂ ਵੀਰੇ ਊਂ ਮੈਂ ਜੇ ਤੂੰ ਗੁੱਸਾ ਨਾ ਕਰੇ, ਜੇ ਤੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਮੈਂ ਤੁਹਾਡੇ ਘਰੇ ਵਗ ਜਾਂ ਤੇਰੀ ਬਹੂ ਜਿਹੜੀ ਆ ਵੀ ਤੇਰੇ ਸਹੁਰੇ ਜਿਹੜੇ ਨੇ ਵੀ ਉਹਨਾਂ ਦੇ ਮੈਂ ਜਾਵਾਂ, ਅਸੀਂ ਅਸੀਂ ਖਬਰ ਸਾਰ ਲਿਆਈ ਉੱਥੋਂ। ਨਾ ਨਾ ਉੱਥੇ ਨਾ ਜਾਈ ਤੂੰ ਵੀਰ। ਹਾਂ
ਉੱਥੇ ਤਾਂ ਸਿਆਪਾ ਹੈ ਅਗਰ ਮੈਂ ਬੇਇੱਜ਼ਤੀ ਥੋੜਾ ਕਰਾਉਣੀ ਉਹਨਾਂ ਦੀ ਅਗਲੇ ਮੇਰੇ ਨਾਲ ਰੁੱਸ ਕੇ ਖੜ ਜਾਣਗੇ ਅੱਛਾ ਇੰਨੇ ਵਧੀਆ ਲੋਕ ਨੇ ਉਹ ਇੰਨੀ ਵਧੀਆ ਮੇਰੀ ਘਰ ਵਾਲੀ ਵਿਚਾਰੀ ਅੱਛਾ ਮੇਰੀ ਬੇਇੱਜ਼ਤੀ ਹੈ ਫਿਰ ਉਹਨਾਂ ਦੀ ਮੈਂ ਇਹ ਕੰਮ ਨਹੀਂ ਆਪਾਂ ਕਰਨਾ ਹੈਗਾ ਠੀਕ ਹੈ ਫਿਰ ਉਹ ਕਹਿਣਗੇ ਵੀ ਹਾਂ ਵੀ ਉਹਨੇ ਇਕੱਲੇ ਹੋਣਗੇ ਠੀਕ ਹੈ ਠੀਕ ਹੈ ਹੋਰ ਇੰਨਾ ਵਿਚਾਰੇ ਪਿਆਰ ਕਰਦੇ ਨੇ ਆਪਾਂ ਨੂੰ ਠੀਕ ਹੈ ਫਿਰ ਐਵੇਂ ਗੱਲ ਉਹ ਵੀਰੇ ਮੜੇ ਆ ਜਿਹੜੇ ਉਹ ਮੁੰਡੇ ਨੇ ਹਾਂ ਜੀ ਉਹ ਮੈਂ ਮੜੇ ਆ ਵੀ ਮਿਲਾਏਗਾ ਵੀ ਕੌਣ ਕੀ ਨੇ ਮੜੇ ਦਾ ਦੋਸਤ ਹੈ ਆਪਣਾ ਦੇਖਦੇ ਅੱਛਾ ਇਹ ਇਹ ਦੋਸਤ ਨੇ ਪੱਕੇ ਜਾਂ ਹੋਰ ਵੀ ਮਤਲਬ ਤੇਰੇ ਲਵੇ ਕੋਈ ਆਉਂਦਾ ਆਪਣੇ ਲਵੇ ਸਾਰੇ ਦੋਸਤ ਨੇ ਪੱਕੇ ਅੱਛਾ ਆਪਣਾ ਕੱਚਾ ਤਾਂ ਹੈ ਹੀ ਨਹੀਂ ਕੋਈ ਠੀਕ ਹੈ ਹਾਂ ਠੀਕ ਹੈ ਠੀਕ ਹੈ ਆਹ ਜਿਹੜੇ ਮੁੰਡੇ ਨੇ ਹੈ ਹਾਂ ਠੀਕ ਹੈ ਇੱਕ ਤਾਂ ਮੈਂ ਵੀਰੇ ਜਾਣਦਾ ਪਹਿਲਾਂ ਹੀ ਤੁਹਾਡੇ ਪਿੰਡ ਦਾ ਆਹ ਦੋ ਕੌਣ ਨੇ ਇਹ ਵੀ ਆਪਣੇ ਪੱਕੇ ਦੋਸਤ ਨੇ ਅੱਛਾ ਹੋਰ ਇੱਥੇ ਪਾਰਟੀ ਹੋਰ ਬਾਈ ਕਿਵੇਂ ਹੈ ਵਧੀਆ ਠੀਕ ਹੈ ਇਹ ਤਾਂ ਅੱਛਾ ਤੁਰੇ ਆ ਇਹ ਵੀਰੇ ਫਿਰ ਇਹੀ ਨੇ ਤੇਰੇ ਪੱਕੇ ਦੋਸਤ ਆ ਕੋਈ ਹੋਰ ਵੀ ਕੋਈ ਹੈਗੇ ਹਾਂ ਪੱਕੇ ਨੇ ਬਹੁਤ ਨੇ ਅੱਛਾ ਹਾਂ ਹੁਣ ਫਿਰ ਹੁਣ ਹੋਰ ਵੀ ਮੁੰਡੇ ਆ ਰਹੇ ਨੇ ਉਰੇ ਆਉਣਗੇ ਇੱਥੇ ਆ ਜਾਣਗੇ 50-100 ਬੰਦਾ ਇਕੱਠਾ ਹੋ ਜੂ ਇੱਕ ਮਿੰਟ ਵੀਰੇ ਮੈਂ ਤੇਰੇ ਨਾਲ ਇਕੱਲੇ ਨਾਲ ਥੋੜੇ ਜਿਹਾ ਗੱਲ ਲਿਆ ਫਿਰ ਨਾਲੇ ਕੱਢ ਕੇ ਦੀਪੇਰ ਦਾ ਫੋਨ ਆ ਗਿਆ ਵੀ ਆ ਹਾਂ ਉਹੀ ਤੇ ਆਉਣਗੇ ਸਾਰਾ ਕੁਝ ਮੈਂ ਟਰਾਲੀ ਭਰੀ ਪਈ ਹੈ ਸਮਾਨ ਦੀ ਤਾਂ ਮੈਂ ਲਿਆਉਣਾ ਉੱਥੋਂ ਮੈਨੂੰ ਲੱਗਦਾ ਪਤੰਦਰ ਹਿੱਲ ਗਿਆ ਇਹ ਕੰਮ ਖਰਾਬ ਹੋ ਰਿਹਾ ਫਿਰ ਹੁਣ ਫਿਰ ਮੈਂ ਜਾਵਾਂ ਫਿਰ ਕਿਵੇਂ ਕਰਾਂ ਹੈ ਜੀ ਜਾਈਏ ਫਿਰ ਮੈਂ ਬੋਤਲਾਂ ਚੁੱਕਣੀ ਜੀਰੀ ਚ ਮੜਾ ਬੋਤਲਾਂ ਵੀਰੇ ਉਰੇ ਜੀਰੀ ਚ ਰੱਖੀਆਂ ਨੇ ਨਾ ਨਾ ਹਾਂ ਇੱਥੇ ਤਾਂ ਊਂ ਰੱਖਿਆ ਥੋੜਾ ਜਿਹਾ ਬਾਕੀ ਦਾ ਟਰਾਲੀ ਭਰੀ ਪਈ ਉੱਥੇ ਨਹੀਂ ਇਹ ਵੀਰੇ ਖਰਚਾ ਜਿਹੜਾ ਇੰਨਾ ਖਰਚਾ ਜਿਹੜੇ ਅੱਜ ਆਉਣਗੇ ਸਾਰੇ ਸਾਣ ਜਿਹੜੇ ਵਿਹਲੇ ਤੂੰ ਖਵਾਉਣਾ ਹੈ ਇਹਨਾਂ ਨੂੰ ਫਿਰ ਖਰਚਾ ਇਹ ਤੁਹਾਨੂੰ ਪਤਾ ਤਾਂ ਹੈਗਾ ਪੈਸਾ ਕਿੰਨਾ ਕੋਈ ਆਪਣੇ ਲਵੇ ਪਿਆ ਆ ਹੁਣ ਵੇਖ ਲੈ ਕਿੰਨਾ ਕਮਾਉਣੇ ਆ ਸਾਰੇ ਨਹੀਂ ਅੱਜ ਹੁਣ ਤੇਰੀ ਆਰਾਮ ਨਾਲ ਜਿਵੇਂ ਤੂੰ ਕਿੰਨੇ ਮੁੰਡੇ 5-7-10 ਤਾਂ ਹੋ ਜਾਣਗੇ ਉਰੇ ਨਾ 100-150 ਹੋ ਜੂ ਤਾਂ ਹੀ ਤਾਂ ਟਰਾਲੀ ਭਰੀ ਪਈ ਸਮਾਨ ਦੀ ਅੱਛਾ ਹੋਰ ਠੀਕ ਹੈ ਬਾਕੀ ਵੇਖਦੇ ਆ ਨਹੀਂ ਹੋ ਜਾਣਗੇ ਇੰਨੇ ਤਾਂ ਠੀਕ ਅੱਜ ਨੀਰਾ ਕਿੰਨੇ ਘਰਾਂ ਦਾ ਸਿੱਟਿਆ ਤੈਂ ਅੱਜ ਮੈਨੂੰ ਲੱਗਦਾ ਗਿਣਤੀ ਨਹੀਂ ਕਰੀ 50-60 ਤਾਂ ਹੋ ਗਏ ਹੋਣਗੇ ਅੱਛਾ ਹਾਂ ਠੀਕ ਹੈ ਓਨਾ ਹੀ ਬਾਕੀ ਹੁਣ ਤਾਂ ਹੀ ਤਾਂ ਟਾਈਮ ਨਹੀਂ ਲੱਗਦਾ ਦਿਨ ਰਾਤ ਦਾ ਠੀਕ ਹੈ ਠੀਕ ਹੈ ਹਾਂ ਦਿਨੇ ਤਾਂ ਸਿੱਟੀ ਜਾਣਾ ਸਿੱਟੀ ਚੱਲ ਵੀਰੇ ਤੂੰ ਨਾ ਮੈਨੂੰ ਤਾਂ ਆਹੀ ਤੇਰਾ ਫਿਕਰ ਜਿਹਾ ਲੱਗਿਆ ਤੂੰ ਸੌਂ ਮੜਿਆ ਨੀਂਦ ਲੈ ਤੂੰ ਤੂੰ ਮਹੀਨਾ ਕੇ ਨਾ ਮੈਨੂੰ ਹੋ ਗਿਆ ਜਾਗਦੇ ਨੂੰ ਇਹਦੇ ਨਾਲ ਗਲਤ ਹੋ ਜਾਂਦਾ ਬਾਕੀ ਜੇ ਤੂੰ ਕਹੇਗਾ ਨਾ ਮੈਂ ਤੇਰੇ ਸਹੁਰੇ ਜਾਵਾਂਗੇ ਅਸੀਂ ਪਤਾ ਕਰਾਵਾਂਗੇ ਸਾਰਾ ਉੱਥੇ ਨਹੀਂ ਆਪਾਂ ਜਾਣਾ ਜੀ ਅੱਛਾ ਉੱਥੇ ਤੁਹਾਨੂੰ ਮੈਂ ਬਾਅਦ 'ਚ ਹੀ ਲੈ ਕੇ ਜਾਊਂਗਾ ਠੀਕ ਹੈ ਹਾਂ ਜਦੋਂ ਆ ਜਾਣਗੇ ਨਾ ਉਧਰੋਂ ਠੀਕ ਹੈ ਬਾਕੀ ਫੇਰ ਇੱਥੇ ਆਪਾਂ ਉਹ ਵੀ ਆਉਂਗੇ ਇੱਥੇ ਆਉਣਗੇ ਤੈਨੂੰ ਇੱਥੇ ਹੀ ਮਿਲਾਉਂਗਾ ਚੱਲ ਠੀਕ ਇੱਥੇ ਆਪਾਂ ਬਣਾਤਾ ਜਗਾੜ ਅੱਛਾ ਅੱਛਾ ਚੱਲ ਠੀਕ ਹੈ ਵੀਰੇ ਠੀਕ ਹੈ ਚਲੋ ਠੀਕ ਠੀਕ ਹੈ ਵੀਰੇ ਇਹ ਤੁਹਾਡੇ ਪਿੰਡ ਦਾ ਹੀ ਆ ਗਾੜੀ ਹਾਂ ਜੀ ਹਾਂ ਪਿੰਡ ਦੀ ਹੈ ਤੁਹਾਡੇ ਪਿੰਡ ਦੇ ਇਹ ਹਾਂ ਜੀ ਹਾਂ ਇਹ ਮੁੰਡਾ ਆਪਣੇ ਨਾਲ ਦੇ ਪਿੰਡ ਹੀ ਹੈ ਅੱਛਾ ਤੁਹਾਡੇ ਨਾਲ ਦੇ ਪਿੰਡੋਂ ਹੈ ਯਾਰ ਇਹਨੂੰ ਬਾਈ ਸਮਝਾ ਦਿਓ ਮੜਿਆ ਗਰੀਬ ਨੂੰ ਮੈਨੂੰ ਲੱਗਦਾ ਇਹ ਵਿਚਾਰਾ ਹਿੱਲ ਗਿਆ ਇਹਦੇ ਨਾਲ ਧੋਖਾ ਹੋ ਗਿਆ ਇਹਨੇ ਵਿਆਹ ਕਰਾਇਆ ਵੀ ਤੁਸੀਂ ਤਾਂ ਸਮਝਾਓ ਹੁਣ ਸਮਝਾਉਂਦੇ ਤਾਂ ਹੈਗੇ ਹੀ ਸਾਨੂੰ ਆਪ ਬੁਲਾ ਲੈਂਦਾ ਅੱਛਾ ਨਾ ਜੇ ਆਈਏ ਫਿਰ ਆਪਣਾ ਕੰਮ ਨਹੀਂ ਕਰਦਾ ਕਿਉਂਕਿ ਸਾਡਾ ਵੀ ਸਾਰਾ ਕੰਮ ਇਹੀ ਸਾਂਭਦਾ ਹੈ ਅੱਛਾ ਅੱਛਾ ਹਾਂ ਜੀ ਹਾਂ ਚਲ ਠੀਕ ਹੈ ਵੀਰੇ ਹੁਣ ਭਾਈ ਪਤਾ ਨਹੀਂ ਕੀ ਹੋ ਰਿਹਾ ਚਲ ਓ ਬਾਈ ਹੋਰ ਜੀ ਕੀ ਹਾਲ ਹੈ ਹਾਲ ਤਾਂ ਵੀਰੇ ਠੀਕ ਹੈ ਓ ਵੀਰੇ ਮੈਂ ਤਾਂ ਕੀ ਕਰ ਰਿਹਾ ਵੀਰੇ ਓਏ ਤਾਂ ਭੈਣ ਚੋ ਅੱਜ ਪਤਾ ਨਹੀਂ ਕੀ ਸਿਆਪਾ ਕਿਹੜਾ ਮੱਥੇ ਲੱਗੇ ਹੀ ਤੜਕੇ ਹਾਂ ਅਲਾ ਸਿਆਪਾ ਪਿਆ ਪਿਆ ਤੜਕੇ ਦਾ ਮੇਰਾ ਤਾਂ ਸੜਾ ਗੋਹੇ ਦੇ ਕਰਾਇਆ ਵੀ ਮਿਸ ਹੋ ਗਿਆ ਦੋ ਤਿੰਨ ਦਿਨ ਪਤੰਦਰਾ ਮੈਂ ਤਾਂ ਡਰ ਗਿਆ ਸੀ ਮੇਰੇ ਤਾਂ ਸਾਹ ਚੜ ਗਏ ਸੀ ਮੈਂ ਵੀ ਕਿਤੇ ਥੱਲੇ ਨਹੀਂ ਆ ਗਿਆ ਨਾ ਨਾ ਆਪਾਂ ਕਿੱਥੇ ਇੱਥੇ ਦੱਬਦੇ ਆ ਤੇ ਥੱਲੇ ਆਉਣ ਵਾਲੇ ਆਪਣੇ ਤਾਂ ਭਾਵੇਂ ਉਤੋਂ ਟਰੱਕ ਲੰਘ ਜੇ ਮੇਰਾ ਲੰਘ ਵੀ ਗਿਆ ਸੀ ਗੜ ਜਾ ਮੇਰਾ ਲੰਘ ਵੀ ਗਿਆ ਸੀ ਗੜ ਜਾ ਕਹਿੰਦੇ ਊਂ ਕਈ ਵਾਰੀ ਕਹਿੰਦੇ ਰਾਹ ਸਾਹ ਵੀ ਰੈਸਟ ਲੈਣ ਦਾ ਮੈਂ ਇੱਥੇ ਸਿਸਟਮ ਲਾਇਆ ਕੋਈ ਇਹਦੇ 'ਚ ਪਾ ਹੱਥ ਲੱਗ ਜਾਂਦਾ ਯਾਰ